ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ ਕਾਂਗਰਸ ਨੇ ਸੱਤ ਗਰੰਟੀਆਂ ਦੇ ਵਿੱਚ ਸੂਬੇ ਦੀਆਂ ਮੰਗਾਂ ਨੂੰ ਕਵਰ ਕੀਤਾ ਹੈ ਤਾਂ ਭਾਜਪਾ ਨੇ ਆਪਦੇ ਪੱਤਰ ਦੇ ਵਿੱਚ ਪਾਰਟੀ ਵੱਲੋਂ 20 ਵਾਅਦੇ ਕੀਤੇ ਆ ਇਹਨਾਂ ਦੇ ਵਿੱਚੋਂ ਪੰਜ ਵਾਅਦੇ ਯਾਨੀ ਕਿ ਪੰਜ ਗਰੰਟੀਆਂ ਜਾਂ ਪੰਜ ਜੋ ਮੈਨੀਫੈਸਟੋ ਦੇ ਵਿੱਚ ਪੁਆਇੰਟ ਹੈ ਉਹ ਕਾਂਗਰਸ ਦੇ ਵਾਅਦਿਆਂ ਦੇ ਵਾਂਗ ਹੀ ਹੈ ਇਸ ਦੇ ਵਿੱਚ 18 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਜੋ ਮਹੀਨਾਵਰਤ ਸਹਾਇਤਾ ਦੇਣੀ ਹੈ ਫਿਰ ਗਰੀਬ ਲੋਕਾਂ ਦੇ ਲਈ ਮਕਾਨਾਂ ਯੋਜਨਾਵਾਂ ਹੋਰ ਅਲੱਗ-ਅਲੱਗ ਹੈਗੀਆਂ ਉਸ ਬਾਰੇ ਮੈਂ ਤਫਸੀਲ ਦੇ ਨਾਲ ਇਸ ਬਾਰੇ ਅੱਜ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਕਾਂਗਰਸ ਵਾਂਗ ਭਾਜਪਾ ਨੂੰ ਵੀ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਹਜ਼ਾਰਾਂ ਕਰੋੜਾ ਰੁਪਏ ਖਰਚ ਕਰਨੇ ਪੈਣਗੇ ਇਸ ਤੋਂ ਇਲਾਵਾ ਭਾਜਪਾ ਦੇ ਅਜੇ ਹੀ 15 ਵਾਅਦੇ ਹੈ ਜੋ ਕਾਂਗਰਸ ਤੋਂ ਬਿਲਕੁਲ ਵੱਖ ਹੈਗੇ ਨੇ ਭਾਜਪਾ ਨੇ ਆਪਣੇ ਸੰਕਲਪ ਪੱਤਰ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਤੋਂ ਦੂਰੀ ਬਣਾ ਕੇ ਰੱਖੀ ਹੈ ਜਦਕਿ ਕਾਂਗਰਸ ਨੇ ਸਰਕਾਰ ਬਣਨ ਤੇ ਹਰਿਆਣਾ ਦੇ ਵਿੱਚ ਇਸ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਹੈ ਅਜ ਇਸ ਵੀਡੀਓ ਦੇ ਵਿੱਚ ਨਜ਼ਰ ਮਾਰਦੇ ਆ ਕਿ ਭਾਜਪਾ ਅਤੇ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਕਿਹੜੇ ਕਿਹੜੇ ਪੁਆਇੰਟ ਕਾਮਨ ਨੇ ਜਾਂ ਕਿਹੜੇ ਕਿਹੜੇ ਮੁੱਦਿਆਂ ਦੇ ਉੱਪਰ ਬੀਜੇਪੀ ਤੇ ਕਾਂਗਰਸ ਦੀ ਇੱਕੋ ਹੀ ਸੋਚ ਹੈ ਜੋ ਉਹ ਹਰਿਆਣਾ ਦੇ ਵਿੱਚ ਲੋਕਾਂ ਨੂੰ ਦੇਣ ਜਾ ਰਹੀ ਹੈ ਕਾਂਗਰਸ ਨੇ 7 ਗਰੰਟੀਆਂ ਦੇ ਵਿੱਚ ਤੇ ਭਾਜਪਾ ਨੇ 20 ਗਰੰਟੀਆਂ ਦੇ ਵਿੱਚ ਪੂਰੇ ਹਰਿਆਣਾ ਨੂੰ ਕਵਰ ਕੀਤਾ ਤੇ ਜੋ ਕਾਂਗਰਸ ਤੇ ਭਾਜਪਾ ਦਾ ਮੈਨੀਫੈਸਟੋ ਇਸ ਦੇ ਵਿੱਚ 5 ਅਜਿਹੇ ਪੁਆਇੰਟ ਹੈ ਜੋ ਦੋਵਾਂ ਦੇ ਸਾਂਝੇ ਨੇ ਸਭ ਤੋਂ ਪਹਿਲਾ ਹੈ ਲਾਡੋ ਲక్ష్ਮੀ ਯੋਜਨਾ ਭਾਜਪਾ ਨੇ ਆਪਣੇ ਸੰਕਲਪ ਪੱਤਰ ਦੇ ਰਾਹੀਂ ਹਰਿਆਣਾ ਦੀਆਂ 78 ਲੱਖ ਮਹਿਲਾਵਾਂ ਵੋਟਰਾਂ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਕਾਂਗਰਸ ਨੇ 18 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਭਾਜਪਾ ਨੇ ਇਸ ਨੂੰ 100 ਰੁਪਏ ਹੋਰ ਵਧਾ ਕੇ 2100 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜੇਕਰ ਬੀਜੇਪੀ ਦੀ ਸਰਕਾਰ ਦੁਬਾਰਾ ਆਉਂਦੀ ਹੈ ਤੇ ਇਸ ਵਾਅਦੇ ਨੂੰ ਪੂਰਾ ਕਰਨ ਦੇ ਲਈ ਕਰੀਬ 20000 ਕਰੋੜ ਰੁਪਏ ਸਾਲਾਨਾ ਖਰਚੇ ਕੀਤੇ ਜਾਣਗੇ ਇਸ ਤੋਂ ਬਾਅਦ ਜੋ ਕਾਂਗਰਸ ਤੇ ਭਾਜਪਾ ਨੇ ਸਾਂਝੀ ਸਕੀਮ ਲੈ ਆਂਦੀ ਹੈ ਉਹ ਹੈ ਹਰ ਘਰ ਗ੍ਰਹਿਣੀ ਸਕੀਮ ਇਸ ਦੇ ਵਿੱਚ ਭਾਜਪਾ ਦਾ ਇਹ ਦਾਵਾ ਹੈ ਕਾਂਗਰਸ ਵਾਲਾ ਇਹ ਹਾਲਾਂਕਿ ਕਾਂਗਰਸ ਨੇ ਆਪਣੇ ਵਾਅਦੇ ਆਪਣੇ ਸੱਤ ਵਾਅਦਿਆਂ ਦੇ ਵਿੱਚ 49 ਲੱਖ ਔਰਤਾਂ ਨੂੰ 500 ਰੁਪਏ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ ਤੇ ਇੱਥੇ ਹੀ ਭਾਜਪਾ ਨੇ ਵੀ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਇਸ ਨੂੰ ਸ਼ਾਮਲ ਕਰ ਲਿਆ ਇਸ ਸਕੀਮ ਦੇ ਰਾਹੀਂ ਕੋਈ ਵੀ ਸਰਕਾਰ ਬਣਦੀ ਹੈ ਤਾਂ ਉਸ ਨੂੰ ਆਪਣੇ ਹਰ ਗੈਸ ਸਿਲੰਡਰ ਤੇ 334 ਰੁਪਏ ਖਜ਼ਾਨੇ ਚ ਅਦਾ ਕਰਨੇ ਪੈਣਗੇ ਇਸ ਨਾਲ ਸਾਲਾਨਾ 2000 ਕਰੋੜ ਰੁਪਏ ਹਰਿਆਣਾ ਦੀ ਸਰਕਾਰ ਤੇ ਬਜਟ ਤੇ ਬੋਝ ਪਏਗਾ ਅੱਗੇ ਆ ਜਾਂਦਾ ਪੈਨਸ਼ਨ ਵਾਅਦੇ ਤੇ ਭਾਜਪਾ ਦਾ ਸਸਪੈਂਸ ਪਰ ਕਾਂਗਰਸ ਨੇ ਇਸ ਪੁਆਇੰਟ ਦੇ ਉੱਪਰ ਆਪਣੀ ਸਥਿਤੀ ਕਲੀਅਰ ਕੀਤੀ ਹੈ ਹਰਿਆਣਾ ਚ ਭਾਜਪਾ ਨੇ ਵੁਡਾਪਾ ਪੈਨਸ਼ਨ ਅਪਾਹਜ ਪੈਨਸ਼ਨ ਵਿਧਵਾ ਪੈਨਸ਼ਨ ਇਹਨਾਂ ਦੇ ਉੱਪਰ ਸਸਪੈਂਸ ਬਰਕਰਾਰ ਰੱਖਿਆ ਮਤੇ ਦੇ ਵਿੱਚ ਭਾਜਪਾ ਨੇ ਕਿਹਾ ਕਿ ਉਹ ਡੀਏ ਅਤੇ ਪੈਨਸ਼ਨਾਂ ਨੂੰ ਜੋੜਨ ਵਾਲੇ ਵਿਗਿਆਨਕ ਫਾਰਮੂਲੇ ਦੇ ਆਧਾਰ ਤੇ ਸਾਰੀਆਂ ਸਮਾਜਿਕ ਸਮਾਸੀਕ ਪੈਨਸ਼ਨਾਂ ਨੂੰ ਵਧਾਉਣ ਦਾ ਫੈਸਲਾ ਕਰੇਗੀ ਜਦਕਿ ਕਾਂਗਰਸ ਨੇ ਤਿੰਨਾਂ ਵਰਗਾਂ ਤਿੰਨਾਂ ਵਰਗਾਂ ਨੂੰ 6000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕਰ ਦਿੱਤਾ ਹੈ ਆਪਣੇ ਮੈਨੀਫੈਸਟੋ ਚ ਰੱਖਿਆ ਹਰਿਆਣਾ ਦੇ ਵਿੱਚ ਕਰੀਬ 35 ਲੱਖ ਲੋਕ ਹੈ ਜੋ ਇਹਨਾਂ ਪੈਨਸ਼ਨਾਂ ਦਾ ਲਾਭ ਲੈ ਰਹੇ ਨੇ ਭਾਜਪਾ ਦੀ ਸਰਕਾਰ ਮੌਜੂਦਾ ਸਮੇਂ ਇਹਨਾਂ ਲਾਭਪਾਤਰੀਆਂ ਨੂੰ 30 3000 ਰੁਪਏ ਪ੍ਰਤੀ ਮਹੀਨਾ ਦੇ ਰਹੀ ਹੈ ਫਿਲਹਾਲ ਇਸ ਸਕੀਮ ਤੇ ਸਰਕਾਰੀ ਖਜ਼ਾਨੇ ਚੋਂ 13000 ਕਰੋੜ ਰੁਪਏ ਸਲਾਣਾ ਜਾ ਰਹੇ ਨੇ ਤੇ ਜੇਕਰ ਕਾਂਗਰਸ ਦੇ ਵਾਅਦੇ ਦੇ ਮੁਤਾਬਕ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ 26000 ਕਰੋੜ ਰੁਪਏ ਖਰਚ ਹੋਏਗਾ ਹਰਿਆਣਾ ਸਰਕਾਰ ਦੇ ਖਜ਼ਾਨੇ ਚੋਂ ਅੱਗੇ ਆ ਜਾਂਦਾ ਭਾਜਪਾ ਤੇ ਕਾਂਗਰਸ ਨੇ ਗਰੀਬਾਂ ਦੇ ਲਈ ਕੀ ਵਾਅਦੇ ਕੀਤੇ ਨੇ ਦੋਵਾਂ ਦੇ ਇੱਕ ਹੀ ਅਦਰਸਲ ਚੋਨ ਮੈਨੀਫੈਸਟੋ ਦੇ ਵਿੱਚ ਭਾਜਪਾ ਨੇ 5 ਲੱਖ ਗਰੀਬ ਲੋਕਾਂ ਨੂੰ ਘਰ ਦੇਣ ਦਾ ਵਾਅਦਾ ਕੀਤਾ ਇਸ ਦੇ ਵਿੱਚ 1.80 ਹਜ਼ਾਰ ਰੁਪਏ ਪ੍ਰਤੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀ ਸਹਾਇਤਾ ਕਰਨ ਦਾ ਉਪਰਾਲਾ ਕੀਤਾ ਗਿਆ ਇਸ ਸਕੀਮ ਦੇ ਨਾਲ ਸਰਕਾਰੀ ਖਜ਼ਾਨੇ ਤੇ ਕਰੀਬ 1400 ਕਰੋੜ ਰੁਪਏ ਦਾ ਬੋਝ ਪਏਗਾ ਜਦੋਂ ਕਿ ਕਾਂਗਰਸ ਨੇ ਤਕਰੀਬਨ 3.8000 ਗਰੀਬ ਲੋਕਾਂ ਨੂੰ 100 ਵਰਗ ਦੇ ਪਲਾਟ ਅਤੇ ਜਾਂ ਫਿਰ ਦੋ ਕਮਰਿਆਂ ਦਾ ਮਕਾਨ ਦੇਣ ਦਾ ਵਾਅਦਾ ਕੀਤਾ ਰੋਜ਼ਗਾਰ ਦੀ ਗਰੰਟੀ ਦੇ ਵਿੱਚ ਭਾਜਪਾ ਤੇ ਭਾਜਪਾ ਨੇ ਕਾਂਗਰਸ ਵਾਂਗੀ ਕੀਤਾ ਕਾਂਗਰਸ ਵਾਂਗ ਭਾਜਪਾ ਨੇ ਵੀ 2 ਲੱਖ ਨੌਜਵਾਨਾਂ ਨੂੰ ਪੱਕੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ ਇਸ ਨਾਲ ਖਰਚੇ ਦੇ ਵਿੱਚ 900 ਕਰੋੜ ਰੁਪਏ ਦਾ ਵਾਅਦਾ ਹੋਏਗਾ ਇਸ ਤੋਂ ਇਲਾਵਾ ਭਾਜਪਾ ਨੇ ਕਿਹਾ ਹੈ ਕਿ 5 ਲੱਖ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਹੋਰ ਮੌਕੇ ਵੀ ਪੈਦਾ ਕਰਾਂਗੇ ਨੌਜਵਾਨਾਂ ਨੂੰ ਲੁਭਾਉਣ ਦਾ ਕਾਰਨ ਇਹ ਹੀ ਹੈ ਕਿ ਹਰਿਆਣਾ ਦੇ ਵਿੱਚ ਬੇਰੋਜ਼ਗਾਰੀ ਇੱਕ ਵੱਡਾ ਮੁੱਦਾ ਬਣ ਗਈ ਹੈ ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ ਸਿਆਸੀ ਪਾਰਟੀਆਂ ਇਸ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਉਠਾਉਂਦੀਆਂ ਰਹੀਆਂ ਨੇ ਇਸ ਦੇ ਮੱਦੇ ਨਜ਼ਰ ਸਿਆਸੀ ਪਾਰਟੀਆਂ ਹਰ ਚੋਣਾਂ ਦੇ ਵਿੱਚ ਆਪਣੇ ਮੈਨੀਫੈਸਟੋ ਪੱਤਰਾਂ ਦੇ ਵਿੱਚ ਇਸ ਨੂੰ ਪ੍ਰਮੁੱਖਤਾ ਦੇ ਨਾਲ ਸ਼ਾਮਲ ਕਰਦੀਆਂ ਕਿਉਂਕਿ ਇੱਕ ਬੇਰੋਜ਼ਗਾਰੀ ਹਰਿਆਣਾ ਦੇ ਵਿੱਚ ਵੀ ਇੱਕ ਵੱਡਾ ਮੁੱਦਾ ਹੈ ਕਾਂਗਰਸ ਮੈਨੀਫੈਸਟੋ ਤੇ ਭਾਜਪਾ ਮੈਨੀਫੈਸਟੋ ਇਸ ਦੇ ਉੱਪਰ ਅਸੀਂ ਇੱਕ ਸਪੈਸ਼ਲ ਸਟੋਰੀਆਂ ਦੋ ਵਕ ਵਕ ਕੀਤੀਆਂ ਹੋਈਆਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਖ ਸਕਦੇ ਹੋ ਜਾਂ ਫਿਰ ਕਮੈਂਟ ਬਾਕਸ ਦੇ ਵਿੱਚੋਂ ਵੀ ਕਾਂਗਰਸ ਦੇ ਮੈਨੀਫੈਸਟੋ ਵਾਲਾ ਅਲੱਗ ਤੋਂ ਲਿੰਕ ਹੈ ਤੇ ਭਾਜਪਾ ਵਾਲਾ ਅਲੱਗ ਤੋਂ ਲਿੰਕ ਪਿਆ ਹੋਇਆ ਉਸ ਨੂੰ ਤੁਸੀਂ ਕਲਿੱਕ ਕਰਕੇ ਦੋਵਾਂ ਦੇ ਮੈਨੀਫੈਸਟੋ ਨੂੰ ਪੂਰਾ ਤੁਸੀਂ ਪੜ ਸਕਦੇ ਹੋ ਦੇਖ ਸਕਦੇ ਹੋ